ਉਹ ਪਵਿੱਤਰ ਸਰੋਵਰ ਜਿੱਥੇ 14 ਜਨਵਰੀ ਨੂੰ ਸੰਗਤ ਵੱਡੀ ਗਿਣਤੀ 'ਚ ਪਹੁੰਚ ਕੇ ਇਸ਼ਨਾਨ ਕਰਦੀ ਹੈ, ਉਸ ਸਰੋਵਰ ਦਾ ਇਤਿਹਾਸ ਕੀ ਹੈ? ਉਹ 40 ਸ਼ਹੀਦ ਸਿੰਘ ਜਿਨ੍ਹਾਂ ਦੇ ਕਰਕੇ ਇਸ ਧਰਤੀ ਨੂੰ ਮੁਕਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲੱਖਾਂ ਸੰਗਤਾਂ ਇੱਥੇ ਆਪਣੀ ਟੁੱਟੀ ਗੁਣਵਾਉਣ ਵਾਸਤੇ ਪੁੱਜਦੀਆਂ ਹਨ। ਖਿਦਰਾਨਾ ਕਰ ਮੁਕਤਸਰ, ਮੁਕਤ ਮੁਕਤ ਸਬਕੀਨ ਹੋਏ ਸਾਬਤ, ਜੂਜੋ ਜਬੈ ਬੜੋ ਮਰਤ ਬੋਲੀਨ। ਖਿਦਰਾਨੇ ਦੀ ਉਹ ਧਰਤੀ ਜੋ ਖਿਦਰਾਨੇ ਤੋਂ ਸ਼੍ਰੀ ਮੁਕਤਸਰ ਸਾਹਿਬ ਬਣੀ, ਉਹ 40 ਸ਼ਹੀਦ ਸਿੰਘ ਜਿਨ੍ਹਾਂ ਦੇ ਕਰਕੇ ਇਸ ਧਰਤੀ ਨੂੰ ਮੁਕਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਹਰ ਸਾਲ ਉਹਨਾਂ 40 ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲਾ ਮਾਘੀ ਦਾ ਜੋੜ ਮੇਲਾ ਲੱਗਦਾ ਹੈ। ਇਹ ਮੇਲਾ ਮਾਘੀ ਜਿਨ੍ਹਾਂ ਦੀ ਯਾਦ ਵਿੱਚ ਲੱਗਦਾ, ਉਹ 40 ਮੁਕਤੇ ਕੌਣ ਸਨ, ਉਹਨਾਂ ਦੀ ਯਾਦ ਦੇ ਵਿੱਚ ਇੱਥੇ ਕਿਹੜੇ ਕਿਹੜੇ ਗੁਰਧਾਮ ਨੇ, ਆਖਿਰ ਇਹਦਾ ਇਤਿਹਾਸ ਕੀ ਹੈ? ਉਹ ਪਵਿੱਤਰ ਸਰੋਵਰ ਜਿੱਥੇ 14 ਜਨਵਰੀ ਨੂੰ ਸੰਗਤ ਵੱਡੀ ਗਿਣਤੀ 'ਚ ਪਹੁੰਚ ਕੇ ਇਸ਼ਨਾਨ ਕਰਦੀ ਹੈ, ਉਹ ਸਰੋਵਰ ਦਾ ਇਤਿਹਾਸ ਕੀ ਹੈ? ਸਾਡੇ ਨਾਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ ਭਾਈ ਜਗਬੀਰ ਸਿੰਘ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਧਰਤੀ ਦਾ ਇਤਿਹਾਸ ਕੀ ਹੈ ਔਰ ਇਹ ਧਰਤੀ ਖਿਦਰਾਨੇ ਤੋਂ ਮੁਕਤਸਰ ਕਿਵੇਂ ਬਣੀ। ਬਈ ਜੀ, ਧੰਨਵਾਦ ਪਹਿਲਾਂ ਤਾਂ ਸਮਾਂ ਦੇਣ ਲਈ, ਔਰ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮੁਕਤਸਰ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਜੁੜਦਾ ਹੈ। ਜਿਸ ਵੇਲੇ ਕੋਈ ਸਬੱਬ ਐਸਾ ਬਣਦਾ ਹੈ ਕਿ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਸਤਿਗੁਰੂ ਜੀ ਨੂੰ ਕੁਝ ਸਿੱਖ ਲਿਖ ਕੇ ਦੇ ਦਿੰਦੇ ਆ ਕਿ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਨਹੀਂ ਹਨ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲੇ ਨੂੰ 6 ਪੋਹ ਦੀ ਰਾਤ ਨੂੰ ਛੱਡਦੇ ਨੇ, ਜਿੱਥੋਂ 7 ਦੀ ਸਵੇਰ ਨੂੰ ਸਰਸਾ ਦੇ ਕੰਢੇ 'ਤੇ ਬਹੁਤ ਵੱਡੀ ਜੰਗ ਹੁੰਦੀ ਹੈ, 8 ਨੂੰ ਚਮਕੌਰ ਦੀ ਗੜੀ ਦਾ ਉਹ ਵਿਲੱਖਣ ਇਤਿਹਾਸ ਹੈ। ਉੱਥੋਂ ਸਤਿਗੁਰੂ ਜੀ ਅੱਗੇ ਸਫ਼ਰ ਤੈਅ ਕਰਦੇ ਆ, ਮਾਛੀਵਾੜਾ ਪਹੁੰਚਦੇ ਆ। ਆਲਮਗੀਰ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਜੀ ਨੇ ਅਗਲਾ ਸਫ਼ਰ ਤੈਅ ਕੀਤਾ ਹੈ, ਜ਼ਫ਼ਰਨਾਮਾ ਲਿਖਿਆ ਜਾਂਦਾ ਹੈ, ਜਿੱਤ ਦੀ ਚਿੱਠੀ। ਕੁਝ ਸਮਾਂ ਕੋਟ ਸ਼ਮੀਰ ਦੇ ਪਾਸ ਸਤਿਗੁਰੂ ਜੀ ਠਹਿਰਦੇ ਨੇ, ਵਜ਼ੀਰ ਖਾਂ ਪਿੱਛੇ ਚੜ੍ਹਾਈ ਕਰ ਦਿੰਦਾ ਹੈ ਮਹਾਰਾਜ। ਇੰਨੇ ਨੂੰ ਬਹਿਬਲ ਬਰਗਾੜੀ ਇਸ ਇਲਾਕੇ ਵੱਲੋਂ ਹੁੰਦਿਆਂ ਹੋਇਆਂ ਕੋਟਕਪੂਰੇ ਤੱਕ ਉਦੋਂ ਪੁੱਜੇ ਸਨ ਕਿ ਜਦੋਂ ਪਤਾ ਲੱਗਦਾ ਕਿ ਪਿੱਛੇ ਵਜ਼ੀਰ ਖਾਂ ਦੀ ਫੌਜ ਚੜ੍ਹੀ ਆ ਰਹੀ ਹੈ, ਤਾਂ ਸਤਿਗੁਰੂ ਜੀ ਨੇ ਕਪੂਰੇ ਦੇ ਪਾਸੋਂ ਕਿਲੇ ਦੀ ਮੰਗ ਕੀਤੀ, ਪਰ ਉਸ ਨੇ ਡਰ ਕੇ ਕਿਲਾ ਦੇਣ ਤੋਂ ਨਾ ਕਰ ਦਿੱਤੀ। ਸਤਿਗੁਰੂ ਜੀ ਅਜੇ ਰਾਮਿਆਣੇ ਪੁੱਜੇ ਸਨ ਤਾਂ ਪਿੱਛੇ ਉਹ ਮਾਝੇ ਦੇ ਸਿੰਘ ਜਿਹੜੇ ਕਿਸੇ ਵੇਲੇ ਬੇਦਾਵਾ ਲਿਖ ਕੇ ਦੇ ਗਏ ਸਨ, ਉਹਨਾਂ ਦਾ ਮਿਲਾਪ ਰਾਮਿਆਣੇ ਦੀ ਧਰਤੀ 'ਤੇ ਹੁੰਦਾ। ਬਹੁਤ ਸਾਰੀ ਸੰਗਤ ਆਈ ਸੀ ਹੋਰ ਵੀ ਨਾਲ, ਜਿਨ੍ਹਾਂ ਨੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ ਭੁੱਲ ਦੀ ਖਿਮਾ ਯਾਚਨਾ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਆਪ ਜੀ ਪਹਿਲੇ ਸਤਿਗੁਰੂ ਸਾਹਿਬਾਨਾਂ ਦੀ ਤਰ੍ਹਾਂ ਰਹੋ, ਅਤੇ ਤਾਂ ਕਿ ਅਸੀਂ ਪਹਿਲੇ ਸਤਿਗੁਰਾਂ ਦੇ ਵਾਂਗਾ ਹੀ ਤੁਹਾਨੂੰ ਉਸੇ ਤਰ੍ਹਾਂ ਜੁੜੇ ਰਹੀਏ, ਤੁਹਾਡਾ ਤੋਂ ਉਪਦੇਸ਼ ਹਾਸਲ ਕਰੀਏ, ਤੁਸੀਂ ਜੰਗਾਂ ਯੁੱਧਾਂ ਵਾਲਾ ਰਸਤਾ ਛੱਡ ਦਿਓ, ਅਸੀਂ ਸਰਕਾਰ ਨਾਲ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ। ਤਾਂ ਸਤਿਗੁਰਾਂ ਜੀ ਨੇ ਉਸ ਵੇਲੇ ਕਿਹਾ ਸੀ, ਜੇ ਤਾਂ ਸਿੱਖ ਬਣ ਕੇ ਆਏ ਹੋ ਤਾਂ ਸਾਡੇ ਅਨੁਸਾਰ ਚੱਲਣਾ ਪਏਗਾ, ਅਤੇ ਜੇ ਤੁਸੀਂ ਆਪਣੀਆਂ ਸਲਾਹਾਂ ਦੇਣੀਆਂ ਤਾਂ ਫਿਰ ਉਸ ਤਰ੍ਹਾਂ ਅਸੀਂ ਨਹੀਂ ਰਹਿ ਸਕਦੇ, ਅਤੇ ਜਾਂ ਤੁਸੀਂ ਵੀ ਲਿਖਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਹਾਂ।
ਤਾਂ ਉਸ ਵੇਲੇ ਵੀ ਕਿਹਾ ਜਾਂਦਾ ਕੋਈ 3-4 ਚੌਧਰੀ ਐਸੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਲਿਖ ਕੇ ਦੇ ਦਿੱਤਾ ਕਿ ਅਸੀਂ ਆਪ ਜੀ ਦੇ ਸਿੱਖ ਨਹੀਂ। ਸਤਿਗੁਰੂ ਜੀ ਨੂੰ ਇੰਨੇ ਨੂੰ ਖਬਰ ਮਿਲੀ ਕਿ ਵਜ਼ੀਰ ਖਾਂ ਦੀ ਫੌਜ ਨੇੜੇ ਆ ਗਈ ਹੈ। ਮਹਾਰਾਜ ਨੇ ਉਹਨਾਂ ਦਾ ਲਿਖਿਆ ਹੋਇਆ ਕਾਗਜ਼ ਆਪਣੇ ਕਮਰਕੱਸੇ ਵਿੱਚ ਪਾਇਆ, ਸਤਿਗੁਰੂ ਜੀ ਇਸ ਪਾਸੇ ਵੱਲ ਨੂੰ ਤੁਰ ਪਏ। ਤਾਂ ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਜੀ ਇਹਨਾਂ ਦੇ ਜਿਹੜੇ ਇਹ ਸਾਰਾ ਜਥਾ ਨਾਲ ਸੀ, ਇਹਨਾਂ ਨੇ ਉਸ ਵੇਲੇ ਇੱਕ ਲਕੀਰ ਖਿੱਚੀ ਹੈ ਕਿ ਅਸੀਂ ਇਹਨਾਂ ਚੌਧਰੀਆਂ ਦੇ ਮਗਰ ਨਹੀਂ, ਅਸੀਂ ਤਾਂ ਆਪਣੀ ਕੀਤੀ ਹੋਈ ਭੁੱਲ ਦਾ ਪਛਤਾਵਾ ਕਰਨ ਆਏ ਹਾਂ, ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣ ਆਏ ਹਾਂ। ਸਤਿਗੁਰੂ ਜੀ ਅੱਗੇ ਤੁਰ ਪਏ ਅਤੇ ਪਿੱਛੇ ਇਹਨਾਂ ਸਾਰੇ ਸਿੰਘਾਂ ਦਾ ਜਥਾ ਤੁਰ ਪਿਆ। ਇੱਥੇ ਆ ਕੇ ਭਾਈ ਦਾਨ ਸਿੰਘ ਬੈਰਾੜ ਨਾਲ ਸਨ, ਸਤਿਗੁਰੂ ਜੀ ਟਿੱਬੀ ਸਾਹਿਬ ਦੇ ਸਥਾਨ 'ਤੇ ਚਲੇ ਗਏ। ਤਾਂ ਜਿਹੜੇ ਇਹ ਸਿੰਘ ਆ ਰਹੇ ਸਨ ਉਹਨਾਂ ਨੇ ਫਿਰ ਇਹ ਜਿਹੜੀ ਢਾਬ ਹੈ, ਖਿਦਰਾਣੇ ਦੀ ਢਾਬ ਜਿਹਨੂੰ ਕਿਹਾ ਜਾਂਦਾ ਸੀ, ਇੱਥੇ ਕੁਝ ਪਾਣੀ ਇਕੱਤਰ ਸੀ, ਇਸ ਢਾਬ 'ਤੇ ਕਬਜ਼ਾ ਕਰਕੇ ਉਹਨਾਂ ਗੁਰਸਿੱਖਾਂ ਨੇ ਫਿਰ ਤੰਬੂ ਸਾਹਿਬ ਦਾ ਜਿੱਥੇ ਸਥਾਨ ਹੈ ਇੱਥੇ ਆਪਣੇ ਕਸ਼ਹਿਰੇ ਚਾਦਰੇ ਆਦਿਕ ਪਾ ਕੇ ਇੱਕ ਤੰਬੂਆਂ ਦਾ ਰੂਪ ਦੇ ਦਿੱਤਾ, ਜਿਹੜੀ ਕਿ ਉਹਨਾਂ ਦੀ ਇੱਕ ਜੰਗ ਨੀਤੀ ਸੀ। ਵਜ਼ੀਰ ਖਾਂ ਦੀਆਂ ਫੌਜਾਂ ਜੋ ਗੁਰੂ ਸਾਹਿਬ ਜੀ ਦੇ ਮਗਰ ਆ ਰਹੀਆਂ ਸਨ, ਉਹਨਾਂ ਖਾਲਸਿਆਂ ਨੇ ਇਸ ਥਾਂ 'ਤੇ ਬੜਾ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ, ਉਹਨਾਂ ਨੂੰ ਪਿੱਛੇ ਮੁੜਨ ਵਾਸਤੇ ਮਜ਼ਬੂਰ ਕਰ ਦਿੱਤਾ, ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ 'ਤੇ। ਸਤਿਗੁਰੂ ਜੀ ਟਿੱਬੀ ਸਾਹਿਬ ਦੇ ਸਥਾਨ ਤੋਂ ਜੋ ਤੀਰਾਂ ਦੀ ਵਰਖਾ ਵੀ ਕਰਦੇ ਰਹੇ, ਅਤੇ ਜਦੋਂ ਇਹ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਟਿੱਬੀ ਸਾਹਿਬ ਦੇ ਸਥਾਨ ਤੋਂ, ਮਹਾਰਾਜ ਇੱਥੇ ਆਏ। ਭਾਈ ਮਹਾਂ ਸਿੰਘ ਦਾ ਸੀਸ ਮਹਾਰਾਜ ਨੇ ਆਪਣੀ ਗੋਦੀ ਵਿੱਚ ਲੈ ਕੇ ਪੁੱਛਿਆ, ਮਹਾਂ ਸਿੰਘ ਤੁਹਾਡੀ ਇੱਛਾ ਕੋਈ? ਤਾਂ ਉਸ ਵੇਲੇ ਉਹ ਸਿੱਖ ਨੇ ਕਿਹਾ ਸੀ, ਮਹਾਰਾਜ ਕਿਰਪਾ ਕਰਿਓ, ਜੇ ਤਰੁੱਠੇ ਹੋ ਤਾਂ ਸਾਡੇ ਵੱਲੋਂ ਜੋ ਭੁੱਲ ਹੋਈ ਹੈ, ਜੋ ਲਿਖ ਕੇ ਦਿੱਤਾ ਹੈ, ਉਸ ਬੇਦਾਵੇ ਨੂੰ ਪਾੜ ਦਿਓ, ਸਾਡੀ ਟੁੱਟੀ ਗੰਢ ਲਓ। ਤਾਂ ਸਤਿਗੁਰਾਂ ਜੀ ਨੇ ਇਸ ਸਥਾਨ 'ਤੇ ਉਸ ਕਾਗਜ਼ ਨੂੰ, ਬੇਦਾਵੇ ਨੂੰ ਚਾਕ ਕਰ ਦਿੱਤਾ ਅਤੇ ਉਹਨਾਂ ਸਿੱਖਾਂ ਦੀ ਟੁੱਟੀ ਗੰਢੀ, ਅਤੇ ਉਸ ਉਹਨਾਂ ਨੂੰ ਸਤਿਗੁਰਾਂ ਜੀ ਨੇ ਬੇਅੰਤ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਕਿਸੇ ਨੂੰ 10,000, 5,000, ਅਤੇ ਇਹ ਸਥਾਨ ਉਦੋਂ ਖਿਦਰਾਣੇ ਤੋਂ ਸਤਿਗੁਰੂ ਜੀ ਨੇ ਮੁਕਤਸਰ ਦੇ ਨਾਮ 'ਤੇ ਇਸ ਨੂੰ ਪ੍ਰਸਿੱਧ ਕਰ ਦਿੱਤਾ ਕਿ ਇੱਥੇ ਇਹ ਜਿਹੜੇ ਮੇਰੇ ਪਿਆਰਿਆਂ ਦੀ ਸ਼ਹਾਦਤ ਹੋਈ ਹੈ, ਇਹ ਮੁਕਤੇ ਬਣੇ ਹਨ। ਉਦੋਂ ਤੋਂ ਫਿਰ ਖਿਦਰਾਣੇ ਤੋਂ ਮੁਕਤਸਰ ਬਣਿਆ ਹੈ, ਜਿੱਥੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮਾਘੀ ਮੇਲੇ ਦੇ ਰੂਪ ਵਿੱਚ ਬਹੁਤ ਵੱਡਾ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਇੱਥੇ ਆਪਣੀ ਟੁੱਟੀ ਗੁਣਵਾਉਣ ਵਾਸਤੇ ਪੁੱਜਦੀਆਂ ਹਨ। ਸੋ ਇਹ ਭਾਈ ਜਗਬੀਰ ਸਿੰਘ ਹੋਰਾਂ ਨੇ ਜਿਵੇਂ ਦੱਸਿਆ, ਜਿਸ ਸਥਾਨ 'ਤੇ ਆ ਉਹ ਸਥਾਨ ਖਿਦਰਾਣੇ ਤੋਂ ਮੁਕਤਸਰ ਬਣਿਆ ਹੈ, ਉਹੀ ਪਵਿੱਤਰ ਸਰੋਵਰ ਹੈ ਜਿਹਨੂੰ ਮੁਕਤਸਰ ਦੇ ਨਾਮ ਨਾਲ ਜਾਣਿਆ ਜਾਂਦਾ, ਅਰਥਾਤ ਮੁਕਤੀ ਦਾ ਸਰੋਵਰ, ਜਿੱਥੇ ਉਹਨਾਂ ਸ਼ਹੀਦਾਂ ਦੀ ਜਿਹੜੀ ਆ 40 ਮੁਕਤੇ ਜੋ ਨੇ ਉਹਨਾਂ ਦੀ ਸ਼ਹਾਦਤ ਹੋਈ। ਤੁਸੀਂ ਦੇਖ ਸਕਦੇ ਹੋ ਕਿ ਇਹ ਗੁਰਧਾਮ ਜਿਹੜੇ ਨੇ ਜਿਨ੍ਹਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ, ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਜਿੱਥੇ ਉਹ 40 ਸਿੱਖਾਂ ਦੀ ਟੁੱਟੀ ਗੁਰੂ ਦੇ ਨਾਲੋਂ ਗੰਢੀ ਗਈ, ਇਸੇ ਜਗ੍ਹਾ ਦੇ ਉੱਤੇ ਜਿਹੜਾ ਉਹ ਮਾਘੀ ਦਾ ਉਹ ਪਵਿੱਤਰ ਜਿਹੜਾ ਇਤਿਹਾਸਕ ਜਿਹੜਾ ਜੋੜ ਮੇਲਾ, ਸ਼ਹੀਦੀ ਜੋੜ ਮੇਲਾ ਜਿਹੜਾ ਉਹ 12, 13 ਅਤੇ 14 ਜਨਵਰੀ ਨੂੰ ਮਨਾਇਆ ਜਾਣਾ, ਉਹ 40 ਸਿੱਖ ਜੋ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸੀ, ਉਹਨਾਂ 40 ਸਿੱਖਾਂ ਨੇ ਇੱਥੇ ਆ ਕੇ ਆਪਣਾ ਬੇਦਾਵਾ ਪੜਵਾਇਆ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸ਼ਹੀਦਗੰਜ ਸਾਹਿਬ ਬਿਲਕੁਲ ਨਾਲ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਔਰ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਉਹ ਤੰਬੂ ਲਾਏ ਗਏ। ਸੋ ਉਸੇ ਇਤਿਹਾਸ ਨੂੰ ਸਮਰਪਿਤ ਜਿਹੜਾ ਇਹ ਮਾਘੀ ਦਾ ਜੋੜ ਮੇਲਾ ਹਰ ਸਾਲ 12, 13 ਅਤੇ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਨਿਊਜ਼ 18 ਲਈ ਕੁਲਦੀਪ ਸਿੰਘ ਰੇਨੀ, ਸ਼੍ਰੀ ਮੁਕਤਸਰ ਸਾਹਿਬ।